ਜਦੋਂ ਕਿਸੇ ਫੈਮਿਲੀ ਦੇ ਵਿੱਚ ਕਿਸੇ ਵੀ ਮੈਂਬਰ ਨੂੰ ਕੋਵਿਡ ਡਾਇਗਨੋਸ ਹੁੰਦਾ ਹੈ ਤਾਂ ਫੈਮਿਲੀ ਨੂੰ ਮੈਂਬਰਸ ਨੂੰ ਡਿਸਾਈਡ ਕਰਨਾ ਪੈਂਦਾ ਹੈਗਾ ਵੀ ਕਿਹੜਾ ਬੰਦਾ ਇਸ ਮਰੀਜ਼ ਦੀ ਦੇਖ ਰੇਖ ਕਰੇਗਾ। ਉਹ ਤੋਂ ਬਾਅਦ ਕੰਟੈਂਜੈਂਸੀ ਪਲੈਨ ਅਸੀਂ ਬੋਲਦੇ ਹਾਂ, ਯਾਨੀ ਕਿ ਜੇ ਕੇਅਰ ਗਿਵਰ ਖੁਦ ਹੀ ਬਿਮਾਰ ਹੋ ਜਾਏ ਤਾਂ ਉਹ ਤੋਂ ਬਾਅਦ ਉਹਦੀ ਦੇਖ ਰੇਖ ਕਿਵੇਂ ਕਰਨੀ ਹੈ ਅਤੇ ਅੱਗੇ ਇੰਝ ਸਰਕਲ ਜਿਹੜਾ ਹੈਗਾ ਕਿਵੇਂ ਇਹ ਬਣਾ ਕੇ ਰੱਖਣਾ ਹੈ ਤਾਂ ਕਿ ਮਰੀਜ਼ ਅਤੇ ਫੈਮਿਲੀ ਮੈਂਬਰ ਸਾਰੇ ਸੇਫ ਰੱਖਣ। ਸੋ ਇਸ ਲਈ ਫੈਮਿਲੀ ਨੂੰ ਪਹਿਲਾਂ ਹੀ ਆਪਣੇ ਰਿਸਪੋਂਸੀਬਿਲਟੀਜ਼ ਡਿਵਾਈਡ ਕਰਕੇ ਤੈਅ ਕਰ ਲੈਣਾ ਚਾਹੀਦਾ ਹੈ ਵੀ ਕਿਵੇਂ ਪੇਸ਼ੈਂਟ ਦਾ ਇਲਾਜ ਹੋਣਾ ਹੈ ਅਤੇ ਕਿਵੇਂ ਕੇਅਰ ਗਿਵਰਸ ਨੂੰ ਆਪਾਂ ਸੇਫ ਰੱਖਣਾ ਹੈ।